ਇਰਾਕ ਦੇ ਗ੍ਰਹਿ ਯੁੱਧ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਵੀ ਮਿਲਣ ਦੇ ਲਈ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਇਰਾਕ ਵਿੱਚ ਫਸੇ ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਵਤਨ ਵਾਪਸ ਲਿਆਵੇ। ਅਸੀਂ ਬਹੁਤ ਜ਼ਿਆਦਾ ਬੇਨਤੀ ਕੀਤੀ ਇਹਨਾਂ ਵਾਸਤੇ, ਭਾਅ ਜੀ ਹੁਣਾਂ ਵਾਸਤੇ, ਕਿ ਸਾਡੇ ਵਾਸਤੇ ਮਤਲਬ ਵੀ ਬਹੁਤ ਜ਼ਿਆਦਾ ਤੁਸੀਂ ਕਸ਼ਟ ਕਰਦੇ, ਭੱਜ ਦੌੜ ਕਰਨ ਡੇ, ਕਿ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਵਾਸਤੇ ਸਰਕਾਰ ਜਿਹੜੀ ਆ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਡੀ ਆ, ਅਤੇ ਸਾਨੂੰ ਬਹੁਤ ਆਸ ਉਮੀਦ ਆ ਕਿ ਸਾਡੇ ਪਤੀ ਬਹੁਤ ਜਲਦ ਵਾਪਸ ਆਏਗੇ। ਸਾਰੇ ਮੁਲਕ ਇਕੱਠੇ ਹੋਣ, ਸਾਰੀ ਦੁਨੀਆ ਇਕੱਠੀ ਹੋਵੇ ਗਲੋਬਲ ਟੈਰਰਿਜ਼ਮ ਦੇ ਖਿਲਾਫ਼, ਔਰ ਸਾਡੇ ਜਿਹੜੇ ਉੱਥੇ ਭਰਾ ਜੇਲ੍ਹਾਂ 'ਚ ਬੰਦ ਨੇ, ਸਰਕਾਰ ਉਹਨੂੰ ਜਲਦੀ ਲਿਆ ਸਕਦੀ ਹੈ, ਕਿਉਂਕਿ ਸਾਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਕਿ ਜਿਹੜੇ ਸਾਡੇ ਚਾਰ ਭਰਾ ਨੇ ਉਹਦਾ ਸੁਰੱਖਿਅਤ ਨੇ, ਚਾਹੇ ਜੇਲ੍ਹ 'ਚ ਨੇ ਜੇਲ੍ਹ 'ਚ ਸੁਰੱਖਿਅਤ ਨੇ, ਜਿਹੜੇ ਦੂਸਰੇ ਨੇ ਉਹਦੇ ਲਈ ਵੀ ਸਰਕਾਰ ਨੂੰ ਪੂਰਾ ਜ਼ੋਰ ਲਗਾਉਣਾ ਚਾਹੀਦਾ ਕਿਸ ਤਰੀਕੇ ਨਾਲ ਕਿਹੜਾ ਤਰੀਕਾ ਅਪਣਾਉਣ, ਔਰ ਸਰਕਾਰ ਇਹਦਾ ਟਾਈਮ ਬਾਉਂਡ ਕਰੇ, ਔਰ ਜਦੋਂ ਵੀ ਇਹ ਬੱਚੇ ਵਾਪਸ ਆਉਣ ਸਰਕਾਰ ਇਹਨਾਂ ਨੂੰ ਇੱਕ ਇੱਕ ਨੌਕਰੀ ਦੇਵੇ, ਹਰ ਪਰਿਵਾਰ ਨੂੰ ਇੱਕ ਇੱਕ ਨੌਕਰੀ ਦੇਵੇ, ਔਰ ਜਿਹੜਾ ਪਿੱਛੇ ਪਰਿਵਾਰ ਹੈ ਉਹਨਾਂ ਦੀ ਮਾਲੀ ਸਹਾਇਤਾ, ਹਰ ਤਰ੍ਹਾਂ ਦੀ ਸਹਾਇਤਾ ਉਹ ਸਰਕਾਰ ਕਰੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।